ਹਾਂਜੀ ਸਤਿ ਸ੍ਰੀ ਅਕਾਲ ਆਸ ਆ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਆਪਾਂ ਹਰ ਐਤਵਾਰ ਸਵੇਰ 8 ਵਜੇ ਪੇਪਰ ਅਪਲੋਡ ਕਰਦੇ ਹੁੰਨੇ ਆ ਤੇ ਇਸ ਵਾਰ ਆਪਾਂ ਪੇਪਰ ਨਹੀਂ ਕਰ ਰਹੇ ਕਿਉਂਕਿ ਵਿੱਚ ਕੱਲ ਹੁਣ ਪੰਜਾਬੀ ਦਾ ਪੇਪਰ ਸੀਗਾ ਸਟੂਡੈਂਟ ਬਹੁਤ ਉਤਕਾੜ ਵਿੱਚ ਹੋਣਗੇ ਕਿਉਂਕਿ ਕੋਈ ਇੱਕ ਦਿਨ ਪਹਿਲਾਂ ਗਿਆ ਸੀ ਕੋਈ ਮੌਕੇ ਤੇ ਗਿਆ ਕੋਈ ਟ੍ਰੇਨਾਂ ਤੇ ਖੱਜਲ ਖਵਾਰੀ ਪਿਆਬੀ ਦਾ ਪੇਪਰ ਸੀ ਤੇ ਆਸ ਆ ਤੁਹਾਡੀ ਸਾਰਿਆਂ ਦਾ ਪੇਪਰ ਬਹੁਤ ਵਧੀਆ ਹੋਇਆ ਹੋਊਗਾ ਥੋੜਾ ਟਫ ਤਾਂ ਸੀਗਾ ਲੈਵਲ ਥੋੜਾ ਜਿਆਦਾ ਜਿਆਦੇ ਸੀਗਾ ਬਣਦਾ ਵੀ ਸੀਗਾ ਇੰਨਾਕ ਤਾਂ ਤੇ ਬਾਕੀ ਜਿਨ੍ਹਾਂ ਨੇ ਪੂਰੇ ਗੋਲੇ ਭਰੇ ਸੀ ਉਹ ਫੇਲ ਨਹੀਂ ਹੋਊਗਾ ਜੇ ਕੋਈ ਗੋਲੇ ਛੱਡਿਆ ਆ ਤਾਂ ਆਪਾਂ ਕੀ ਕਹਿ ਸਕਦੇ ਆ ਵੀ ਜਿਨ੍ਹਾਂ ਨੇ ਗੋਲੇ ਭਰੇ ਆ ਪੂਰੇ ਉਹ ਫੇਲ ਨਹੀਂ ਹੋ 25 ਨੰਬਰ ਕੋਈ ਜ਼ਿਆਦਾ ਔਖੇ ਨਹੀਂ ਸੀਗੇ ਹਾਂ ਜਿਹੜੇ ਨਵੇਂ ਸੀਗੇ ਔਖਾ ਵੀ ਸੀਗਾ ਬਹੁਤ ਔਖਾ ਸੀਗਾ ਉਹਨਾਂ ਲਈ ਤੇ ਪਰ ਜਿਨੇ ਭਰੇ ਆ ਗੋਲੇ ਸਾਰੇ ਉਹ ਨਹੀਂ ਫੇਲ ਹੋਊਗਾ ਤੇ ਬਾਕੀ ਜਿਨ੍ਹਾਂ ਨੇ ਚੈੱਕ ਕਰ ਲਏ ਹੋਣਗੇ ਪੰਜਾਬ ਵਾਈਬ ਵਾਲਾ ਨੇ ਪਾਸ ਤੇ ਸੀਗੇ ਨਾਲ ਦੀ ਨਾਲ ਹੀ ਜਿਨ੍ਹਾਂ ਨੇ ਉਹਨਾਂ ਮੁਤਾਬਕ ਚੈੱਕ ਕੀਤਾ ਤੇ ਜਿਹਦੇ 27 ਨੰਬਰ ਵੀ ਬਣਦੇ ਆ ਉਹ ਵੀ ਡਰਨ ਦੀ ਕੋਈ ਲੋੜ ਨਹੀਂ ਉਹਨਾਂ ਨੂੰ ਵੀ ਜਿਹਦੇ 27 ਵੀ ਬਣਦੇ ਆ ਉਹ ਵੀ ਪਾਸ ਆ ਕਿਉਂਕਿ ਵੱਧ ਤੋਂ ਵੱਧ ਦੋ ਨੰਬਰ ਇਧਰ ਉਧਰ ਹੋਣਗੇ ਇਤੋਂ ਜ਼ਿਆਦਾ ਨਹੀਂ ਹੁੰਦੇ ਉਹਨਾਂ ਦੇ ਹੋਰ ਵੀ ਪਾਈ ਜਾਂਦੇ ਆ ਹਨਾ ਬਸ ਜਿਹਦੇ 27 ਬਣਦੇ ਆ ਉਹ ਡਰੋ ਨਾ ਉਹ ਆਪਦੀ ਤਿਆਰੀ ਰੱਖੋ ਹੁਣ ਅੱਗੇ ਸਟੈਨੋ ਦੀ ਤਿਆਰੀ ਕਰੋ ਹਾਂ ਜਿਨ੍ਹਾਂ ਦੇ ਉਹ ਉਹਨਾਂ ਦੀ ਵੀਡੀਓ ਮੁਤਾਬਕ 27 ਤੋਂ ਘੱਟ ਬਣਦੇ ਆ ਜਾਂ 25 ਤੋਂ ਘੱਟ ਬਣਦੇ ਆ ਚਲੋ 27 ਤਾਈਂ ਦਾ ਪੱਕਾ ਪਾਸ ਹੀ ਹੈ ਜਿਹਦੇ 25 ਤੋਂ ਵੀ ਘੱਟ ਬਣਦੇ ਉਹ ਵੀਡੀਓ ਮੁਤਾਬਕ ਤੇ ਉਹ ਆਪ ਦਾ ਘਬਰਾਉਣਾ ਹਨਾ ਚਲੋ ਇਹਦੇ ਨਾਲ ਜ਼ਿੰਦਗੀ ਖਤਮ ਥੋੜਾ ਹੁੰਦੀ ਆ ਵੀ ਜੇ ਪੇਪਰ ਨਹੀਂ ਹੋਇਆ ਤਾਂ ਵੀ ਬਸ ਇੱਥੇ ਸੀ ਵੀ ਜ਼ਿੰਦਗੀ ਖਤਮ ਹੋ ਗਈ ਹਨਾ ਉਹ ਆਪ ਦਾ ਭਾਈ ਕੰਪਿਊਟਰ ਦਾ ਬੇਸਿਕ ਦਾ ਕਲਾਸਾਂ ਸਟਾਰਟ ਕਰ ਲੈਣਾ ਪੰਜਾਬੀ ਟਾਈਪਿੰਗ ਸਾਰਿਆਂ ਦੀ ਹੈਗੀ ਆ ਨਾਲ ਆਪਦੀ ਇੰਗਲਿਸ਼ ਦੀ ਟਾਈਪਿੰਗ ਸਟਾਰਟ ਕਰ ਲੈਣਾ ਕੋਈ ਨਾ ਕੋਈ ਪ੍ਰਾਈਵੇਟ ਜੌਬ ਮਿਲ ਜਾਣੀ ਆ ਇਹ ਨਾ ਹੋਵੇ ਵੀ ਉਹ ਕਹਦਣ ਵੀ ਬਾਸੀ ਸਾਡਾ ਤਾਂ ਜਮਾ ਖਤਮ ਹੋ ਗਿਆ ਸਾਡੇ ਤਾਂ ਘਰ ਦੇ ਇਦਾਂ ਕਹਿੰਦੇ ਮੈਨੂੰ ਤਾਂ ਇਦਾਂ ਕਿਸੇ ਨੂੰ ਦੱਸਣ ਨਹੀਂ ਮੇਰਾ ਤਾਂ ਹਨਾ ਤਾਨੇ ਜੋ ਵੀ ਹਨਾ ਹੁੰਦੇ ਆ ਇਹ ਨਾਰਮਲ ਗੱਲਾਂ ਨੇ ਆ ਵੀ ਹੋ ਜਾਂਦਾ ਇਹ ਕਿਉਂਕਿ ਚਲੋ ਜਿਨ੍ਹਾਂ ਨੇ ਨਾਲੇ ਤਿਆਰੀ ਜ਼ਿਆਦਾ ਟਾਈਮ ਦੀ ਕੀਤੀ ਹੋਈ ਹੈ ਨਾ ਸਾਰਾ ਕੁਝ ਜੀ ਉਹਨਾਂ ਦਾ ਬਾਈ ਚਾਂਸ ਇਦਾਂ ਹੁੰਦਾ ਤਾਂ ਬਹੁਤ ਮਾੜੀ ਗੱਲ ਆ ਤੇ ਪਰ ਇਹ ਨਹੀਂ ਵੀ ਜੇ ਇਦਾਂ ਹੋ ਗਿਆ ਤਾਂ ਬੱਸ ਵੀ ਸਾਰਾ ਕੁਝ ਖਤਮ ਹੋ ਗਿਆ ਉਹ ਆਦਾ ਕੰਪਿਊਟਰ ਬੇਸ ਸਟਾਰਟ ਕਰਨ ਨਾਲ ਉਹ ਇੰਗਲਿਸ਼ ਦੀ ਟਾਈਪਿੰਗ ਕਰ ਲੈਣ ਪਈ ਆ ਵੀ ਤਾਂ ਹੈਗੀ ਹੈਗੀ ਆ ਪੱਕਾ ਕਿਤੇ ਨਾ ਕਿਤੇ ਹੋ ਹੀ ਜਾਣਾਗਾ ਐਡਾ ਕੋਈ ਵੱਡੀ ਗੱਲ ਨਹੀਂ ਹੁੰਦੀ ਤੇ ਜਿਨ੍ਹਾਂ ਦੇ 27 ਬਣਦੇ ਆ ਉਹ ਡਰਨ ਨਾ 27 ਵਾਲਾ ਪੱਕਾ ਪਾਸ ਹੋਊਗਾ ਦੋ ਨੰਬਰ ਆਸੇ ਪਾਸੇ ਹੋਣਗੇ ਫਿਰ ਵੀ 25 ਬਣ ਜਾਣਗੇ ਬਾਕੀ ਥੋੜਾ ਜਿਹਾ ਲੈਵਲ ਸੀਗਾ ਆਪਾਂ ਕਹਿੰਦੇ ਆ ਲੈਵਲ ਜਿਆਦਾ ਕਰਾਏ ਇਹ ਨਹੀਂ ਵੀ ਕਿਉਂਕਿ ਆਪਾਂ ਬਹੁਤ ਸੌਖੇ ਪੜ ਰਹੇ ਸੀ ਸਭ ਨੂੰ ਐਸੇ ਵੀ ਪੇਪਰ ਬਹੁਤ ਆਸਾਨ ਆਊਗਾ ਹਨਾ ਤੇ ਉਹਨਾਂ ਨੇ ਆਸਾਨ ਨੂੰ ਅਲਝਾ ਕੇ ਪਾਤਾ ਉਹੀ ਟਫ ਹੋ ਗਿਆ ਬਸ ਇਹਨੇ ਨਾਲ ਹੀ ਉੱਥੇ ਬਹੁਤ ਦੇਖਿਆ ਸੀ ਹਨਾ ਰੋ ਰਹੇ ਸੀ ਜਾਂ ਜਿੱਦਾਂ ਕਈਆਂ ਦੇ ਪੇਪਰ ਖਰਾਬ ਹੋ ਰਹੇ ਸੀ ਤੁਸੀਂ ਚੈੱਕ ਕਰੋ ਭਾਈ ਬਿਆਬਾਈ ਵਾਲੇ ਨਾਲ 27 ਨੰਬਰ ਬਣਦੇ ਆ ਬੇਸਾਂਸੋ ਕੇ ਰਹੋ ਆਪਦਾ 27 ਬਣਦੇ ਆ ਇਹ ਦੋ ਜਿਹਦੇ ਉੱਤੇ ਮੰਨਦਾ ਤਾਂ ਟੈਂਸ਼ਨ ਹੀ ਕੋਈ ਨਹੀਂ ਕਿਉਂਕਿ ਕਈਆਂ ਦੇ ਫੋਨ ਆਏ ਆ ਕੋਈ ਕਹਿੰਦਾ ਸਰ 32 ਬਣ ਗਏ ਕੋਈ 35 ਬਣ ਗਏ 32 35 32 35 27 ਫਰਦੇ ਆ ਹਨਾ ਤੇ ਇੱਕਦੇ ਦਾ ਫੋਨ ਆਇਆ ਇੱਕ ਤਾਇਆ ਉਹਨਾਂ ਦੇ 40+ ਵੀ ਬਣ ਗਏ ਵੈਰੀ ਗੁੱਡ ਛੋਟੇ 40+ ਬਣ ਗਏ ਵੀ ਇਹ ਸੋਚੋ ਵੀ ਉਹ ਵੀ ਤਾਂ ਕਰ ਕੀ ਹੈ ਜਿਹਨਾਂ 40+ ਬਣ ਗਏ ਹਨਾ ਫਿਰ ਉਹਨਾਂ ਮਤਲਬ ਤਾਂ ਕੋਈ ਔਖੀ ਨਹੀਂ ਸੀਗਾ ਬਾਕੀ ਚਲੋ ਜਿਵੇਂ ਹੋਇਆ ਹਨਾ ਪੇਪਰ ਤਾਂ ਆਪਾਂ ਦੇ ਨਹੀਂ ਸੀਗਾ ਤੇ ਹੁਣ ਆਪਾਂ ਚਲੋ ਇੱਕ ਦੇ ਦਿਨ ਤੋਂ ਹੁਣ ਤੁਸੀਂ ਰੈਸਟ ਕਰੋ ਤੇ ਫਿਰ ਆਪਾਂ ਸਟੈਨੋ ਦੀ ਤਿਆਰੀ ਕਰਦੇ ਹਾਂ ਤੇ ਬਾਕੀ ਇਹ ਦੇਖੋ ਵੀ ਹਰੇਕ ਰੂਮ ਦੇ ਵਿੱਚ ਬੀਬੀ 8 ਤੋਂ 10 ਕਈਆਂ 'ਚ 10 ਤੋਂ 15 ਵੀ ਐਬਸੈਂਟ ਸੀਗੇ ਜਿਵੇਂ ਪਹਿਲਾਂ ਡਰਾ ਨਹੀਂ ਰਹੇ ਸੀ ਵਿੱਚੋਂ ਕਿਸੇ ਦੇ ਸਰ ਹੁਣ ਡਰਾਉਂਦੇ ਹੁੰਦੇ ਆ ਕਿਸੇ ਦਾ ਕੋਈ ਕਿਸੇ ਦਾ ਕੋਈ ਹਨਾ ਵੀ ਜੀ 10000 ਤੋਂ ਪਲੱਸ ਭਰੇ ਗਏ 15000 ਰਜਿਸਟ੍ਰੇਸ਼ਨ ਨੰਬਰ ਹੋਏ ਪਿਆ ਸਟੂਡੈਂਟ ਬਹੁਤ ਆ ਉਹ ਡਰਨ ਵਾਲੀ ਕੋਈ ਗੱਲ ਨਹੀਂ ਕਿਉਂਕਿ ਜਿਨ੍ਹਾਂ ਨੇ ਜੂਨੀਅਰ ਸਕੇਲ ਭਰੇ ਆ ਸੀਗਾ ਤੇ ਜਿਨ੍ਹਾਂ ਨੇ ਸਟੈਨੋ ਟਾਈਪਿਸਟ 2 2 ਭਰੇ ਸੀ ਰੋਲ ਨੰਬਰ ਤਾਂ ਉਹਨਾਂ ਦਾ ਇੱਕ ਆ ਤੇ ਪਰ ਰਜਿਸਟ੍ਰੇਸ਼ਨ ਨੰਬਰ ਦੋ ਸੀ ਇੱਕ ਇੱਕ ਤਾਂ ਉੱਥੋਂ ਘਟ ਗਿਆ ਕਮ ਸੇ ਕਮ 5-700 ਹੋਣਗੇ ਜਿਨ੍ਹਾਂ ਨੇ ਦੋ ਭਰੇ ਸੀ ਵਿੱਚ 5-700 ਉਹ ਵੀ ਹੋਣਗੇ ਜਿਨ੍ਹਾਂ ਨੇ ਕਾਸਟਾਂ ਵੀ ਦੋ-ਦੋ ਭਰਿਆ ਸੀ ਜਰਨਲ ਹੋਏ ਵਿੱਚ EWS OA SC BC ਇਦਾਂ ਹਨਾ ਅਲੱਗ-ਅਲੱਗ ਕਾਸਟਾਂ ਵੀ ਤੋਂ ਹੁਣ ਰੋਲ ਨੰਬਰ ਦਾ ਸਾਰਿਆਂ ਦੀ ਇੱਕ ਆਇਆਗਾ ਤੇ ਉਹਦੇ ਚੋਂ ਵੀ ਘਟਿਆ ਤੇ ਵਿੱਚ ਹੁਣ ਉਸ ਹਿਸਾਬ ਨਾਲ 7-800 ਸਟੂਡੈਂਟ ਸੀਗਾ ਜਿਹੜਾ ਐਬਸੈਂਟ ਸੀਗਾ ਵਿੱਚ 2-300 ਸਟੂਡੈਂਟ ਇਹ ਜਾ ਹੋਇਆ ਵੀ ਜਿਨ੍ਹਾਂ ਦੇ ਮੰਨ ਕੇ ਚਲੋ ਉੱਥੇ ਕੋਈ ਐਡਮਿਟ ਕਾਰਡ ਨਹੀਂ ਜਮਾ ਕਰਾ ਕੇ ਗਿਆ ਕੋਈ ਬਾਇਓਮੈਟ੍ਰਿਕ ਨਹੀਂ ਕਰਾ ਕੇ ਗਿਆ ਬਹੁਤ ਸਟੂਡੈਂਟ ਇਦਾਂ ਦਾ ਹੋਇਆਗਾ ਤੇ ਉਸ ਹਿਸਾਬ ਨਾਲ ਇਦਾਂ ਲੱਗ ਰਿਹਾ ਵੀ ਪੇਪਰ ਵੇਲੇ ਤਾਂ 5000 ਸਟੂਡੈਂਟ ਵੀਨ ਹੋਣਾ ਉਹਨਾਂ ਡਰਾਈ ਜਾਂਦੇ ਸੀ ਵੀ 15000 20000 ਹਨਾ ਇਦਾਂ ਨਹੀਂ ਹੋਊਗਾ ਪੇਪਰ ਵੇਲੇ ਨੂੰ 5000 ਸਟੂਡੈਂਟ ਵੀਨ ਹੋਣਾ ਹਾਂ ਰੱਬਣਾ ਕਰੇ ਵਿੱਚ ਲੋ ਫੇਲ ਹੋਣ ਜਿਹੜੇ ਵਿੱਚ ਪਰ ਜਿਹੜੇ ਜਮਾ ਅਣਜਾਣ ਸੀ ਜਿਹੜਾ ਜਮਾ ਨਵੇਂ ਸੀ ਉਹ ਭਾਵੇਂ ਹੋ ਜਾਣਾ ਨਹੀਂ ਫੇਲ ਹੋਣ ਵਾਲਾ ਕੋਈ ਐਡਾ ਉਹੋਂ ਨੀ ਸੀਗਾ ਹਨਾ ਤੇ ਚਲੋ ਟਫ ਬਣਾ ਕੇ ਪਾਇਆ ਸੀਗਾ ਪਰ ਜਿਹੜੇ ਥੋੜੇ ਜੇ ਨਵੇਂ ਸੀਗੇ ਉਹਨਾਂ ਲਈ ਖਾਤਰਾ ਜ਼ਰੂਰ ਆ ਤੇ ਵਿੱਚ ਵਿੱਚ ਜਿਹੜੇ ਨਵੇਂ ਹੁੰਦੇ ਆ ਫਰੈਸ਼ਰ ਹੁੰਦੇ ਆ ਜਿਹੜੇ ਪਲੱਸ 2 ਤਾਜੀ ਕਰਕੇ ਆਏ ਜਾਂ ਬੀਏ ਤਾਜੀ ਕਰਕੇ ਆਏ ਹਨਾ ਉਹਨਾਂ ਦੇ ਦਿਮਾਗ ਬਹੁਤ ਆ ਉਹਨਾਂ ਦੇ ਇਹ ਨੰਬਰ ਕਈਆਂ ਦੇ ਦੂਜਾਂ ਤੋਂ ਵੀ ਉੱਤੇ ਹੋਣਗੇ ਸੀਨੀਅਰਾਂ ਤੋਂ ਉੱਪਰ ਨੰਬਰ ਹੋਣਗੇ ਜਿਹੜੇ ਸੀਨੀਅਰ ਬਣਦੇ ਸੀ ਉਹਨਾਂ ਦੇ 30 ਤੋਂ ਵੀ ਥੱਲੇ ਨੰਬਰ ਹੋਣਗੇ ਤੇ ਜਿਹੜੇ ਉਹ ਵਿੱਚ ਜੂਨੀਅਰ ਸੀ ਉਹਨਾਂ ਦੇ 35 35 ਪਲੱਸ ਵੀ ਨੰਬਰ ਫੋਨ ਵੀ ਆਇਆ ਮੈਨੂੰ ਦੱਸਿਆ ਵੀ ਖੁਦ ਹਨਾ ਕਿਉਂਕਿ ਉਹਨਾਂ ਨੇ ਪੜਿਆ ਹੁੰਦਾ ਸਾਰਾ ਕੁਝ ਆਪਾਂ ਛੱਡ ਕੇ ਤੇ ਇਕੱਲੀ ਸਟੱਡਿੰਗ ਉਤੇ ਲੱਗੇ ਰਹਿੰਨੇ ਜਾਂ ਹਨਾ ਇਦਾਂ-ਉਦਾਂ ਹੋ ਜਾਂਦਾ ਬਾਕੀ ਟੈਨਸ਼ਨ ਨਾਲ ਕੋਈ ਗੱਲ ਨਹੀਂ ਜਿਹਦਾ ਜਿੰਮੇ ਹੋਇਆ ਪੇਪਰ ਹਨਾ ਤੇ ਰੱਬ ਵਾਲੀ ਕਰੇ ਸਾਰਿਆਂ ਦਾ ਕਲੀਅਰ ਹੋਵੇ ਤੇ ਜਿਹਦਾ ਹਾਂ ਉਹਦੇ ਮੁਤਾਬਕ ਜਿੱਦਾਂ ਤੁਹਾਨੂੰ ਦੱਸਤਾ ਵੀ 25 ਤੋਂ ਘੱਟ ਬੰਦੇ ਆ ਉਹ ਵੀਡੀਓ ਮੁਤਾਬਕ ਉਹਨਾਂ ਦੀ ਉਹ ਆਪਦਾ ਟਾਈਮ ਬਰਬਾਦ ਨਾ ਕਰਨ ਉਹ ਆਪਦਾ ਬੇਸਿਕ ਸਟਾਰਟ ਕਰਨ ਕੰਪਿਊਟਰ ਦਾ ਟਾਈਪਿੰਗ ਇੰਗਲਿਸ਼ ਸਟਾਰਟ ਕਰਨ ਕੁਛ ਵੀ ਹਨਾ ਕਿਉਂਕਿ ਪਰ ਉਹ ਇਦਾਂ ਹਿਾਰ ਸਟਕੇ ਨਾ ਬੈਠਣ ਵੀ ਉਹ ਵੀ ਸਾਡਾ ਤਾਂ ਖਰਾਬ ਹੋ ਗਿਆ ਜੀ ਸਾਡਾ ਤਾਂ ਇਦਾਂ ਹੋ ਗਿਆ ਹਨਾ ਚਲੋ ਜੋ ਹੋਇਆ ਜਿਵੇਂ ਹੋਇਆ ਕੀ ਪਤਾ ਹੁੰਦਾ ਵੀ ਕਿੱਧਰਲੇ ਪਾਸੇ ਛੋਡੇ ਲਈ ਕੋਈ ਹਣਾ ਦਰਵਾਜ਼ਾ ਖੁੱਲਾ ਹੁੰਦਾ ਕਹਿੰਦੇ ਹੁੰਦੇ ਵੀ ਇੱਕ ਦਰਵਾਜ਼ਾ ਬੰਦ ਹੁੰਦਾ ਦੂਜਾ ਖੁੱਲਿਆ ਨਾ ਹੁੰਦਾ ਇਸ ਲਈ ਬੜੀ ਟੈਨਸ਼ਨ ਨਾਲ ਚਲੋ ਆਪੇ ਤਾਂ ਆਪਾਂ ਤਾਸ ਕਰਦੇ ਹਾਂ ਵੀ ਤੁਹਾਡਾ ਸਾਰਿਆਂ ਦਾ ਕਲੀਅਰ ਹੀ ਹੋਵੇ ਚਲੋ ਠੀਕ ਹੈ ਜੀ ਅੱਜ ਲਈ ਆਪਾਂ ਪੇਪਰ ਹੁਣ ਇੱਕ ਤੋਂ ਦੋ ਦਿਨਾਂ ਤੱਕ ਕੱਲ ਤੋਂ ਦੇਖਦੇ ਆ ਡਿਕਟੇਸ਼ਨਾਂ ਸਟਾਰਟ ਕਰਦੇ ਆ ਤੇ ਲੱਲੇ ਪਿੰਦੀ ਵਾਲੇ ਵੀ ਕੋਸ਼ਿਸ਼ ਕਰਾਂਗੇ ਵੀ ਹੁਣ ਤੋਂ ਆਪਾਂ ਕੱਢਣ ਲੱਗੇ ਹਨਾ ਕਿਉਂਕਿ ਜ਼ਰੂਰੀ ਆ ਲੱਲਾ ਪਿੰਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ